देख रहे हैं आपका अपना चैनल आजाद न्यूज 24। ਭਾਈਚਾਰਾ ਪ੍ਰੈਸ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਲੈ ਕੇ ਅੱਜ ਆਏ। ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਦੀ ਕੀ ਮੰਗ ਆ ਔਰ ਕਿਸ ਚੀਜ਼ ਨੂੰ ਲੈ ਕੇ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ। ਨਮਸਕਾਰ ਜੀ, ਸਰ ਪਲੀਜ਼ ਦੱਸੋ ਕਿਹੜੀਆਂ ਆਪਣੀਆਂ ਮੰਗਾਂ ਹੈਗੀਆਂ ਅੱਜ ਇੱਥੇ ਇਕੱਠ ਹੋਇਆ ਪੱਤਰਕਾਰ ਭਾਈਚਾਰਾ ਵੱਲੋਂ। ਸਰ ਆਪਣੀ ਡਿਮਾਂਡ ਹੈ ਕਿ ਕਰਨ ਤੋਂ ਤੇਰੀ ਗੱਲ। ਸਰ ਦੇਖੋ, ਮੰਗਾਂ ਸਾਡੀਆਂ ਇਹੀ ਹੈ ਕਿ ਜੋ ਕੋਵਿਡ-19 ਦੇ ਜਿਹੜੇ ਸਰਕਾਰ ਨੇ ਆਦੇਸ਼ ਦਿੱਤੇ ਆ ਕਿ ਜਿੱਥੇ ਕਿਤੇ ਵੀ ਇਕੱਠ ਜ਼ਿਆਦਾ ਨਾ ਕੀਤਾ ਜਾਵੇ। ਖਾਂਬਰਾ ਚਰਚ ਦੇ ਪ੍ਰਬੰਧਕ ਜਿਹੜੇ ਆ ਉਹ ਉੱਥੇ ਲੱਖਾਂ ਦੇ ਹਿਸਾਬ ਨਾਲ ਇਕੱਠ ਕਰ ਰਹੇ ਆ ਕਿ ਉੱਥੇ ਕਰੋਨਾ ਨਹੀਂ ਫੈਲਿਆ। ਉੱਥੇ ਤਾਜਪੁਰ ਚਰਚ ਦੇ ਵਿੱਚ ਵੀ ਦੇਖੋ, ਉੱਥੇ ਵੀ ਆ ਕੇ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਕੀਤਾ ਜਾ ਰਿਹਾ ਆ। ਅਸੀਂ ਮੰਗ ਅਸੀਂ ਇਹੀ ਕੀਤੀ ਹੈ ਕਿ ਕੋਵਿਡ-19 ਦੀ ਪਾਲਣਾ ਕੀਤੀ ਜਾਵੇ, ਜੋ ਵੀ ਅਸੀਂ ਆਮ ਬੰਦੇ ਉੱਤੇ ਕਾਰਵਾਈ ਕਰਦੇ ਹਾਂ ਅਤੇ ਉਹੀ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ। ਬਸ ਸਰ 22 ਫੋਟੋ ਅਸੀਂ ਦੇ ਚੁੱਕੇ ਹਾਂ, ਫੋਟੋਆਂ ਦੇ ਦਿੱਤੀਆਂ ਅਸੀਂ ਔਰ ਮੰਗ ਪੱਤਰ ਅਸੀਂ 3 ਵਾਰੀ ਦੇ ਚੁੱਕੇ ਹਾਂ ਅਤੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਢਿੱਲ ਵਰਤਦਾ ਆ ਕਿ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਈ ਜੀ। ਉਸ ਤੋਂ ਇਲਾਵਾ ਹੋਰ ਕਿਤੇ ਵੀ ਜਿੱਦਾਂ ਧਾਰਮਿਕ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਹੋਰ ਵੀ ਧਾਰਮਿਕ ਸੰਸਥਾਵਾਂ ਦੇ ਇਕੱਠ ਹੁੰਦਾ ਆ, ਸਿਰਫ ਸਾਡੇ ਨਾਲ ਹੀ ਪੱਤਰਕਾਰ ਭਾਈਚਾਰਾ? ਸਰ ਹੋਰ ਕਿਤੇ ਦੇਖੋ ਜੀ, ਇਕੱਠ ਦੇਖਣਾ ਉਹ ਤਾਂ ਇੱਕ ਪ੍ਰਸ਼ਾਸਨ ਦਾ ਕੰਮ ਹੈ ਨਾ, ਠੀਕ ਹੈ ਜੀ। ਹੋਰ ਕਿ ਸਾਨੂੰ ਕੋਈ ਇੱਧਰ ਕੋਈ ਜਾਣਕਾਰੀ ਮਿਲੀ ਨਹੀਂ ਹੈ ਜਿੱਥੇ ਜ਼ਿਆਦਾ ਇਕੱਠ ਹੋਵੇ, ਕਿਉਂਕਿ ਲੱਖਾਂ ਦੇ ਹਿਸਾਬ ਨਾਲ ਕਿਤੇ ਵੀ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ। ਅੱਜ ਜਿਹੜਾ ਪੱਤਰਕਾਰ ਭਾਈਚਾਰਾ ਦਾ ਇਕੱਠ ਇੱਥੇ ਰੋਸ ਪ੍ਰਦਰਸ਼ਨ ਸ਼ਾਸਨ ਪ੍ਰਸ਼ਾਸਨ ਦੇ ਖਿਲਾਫ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਅਸੀਂ 3 ਮੰਗ ਪੱਤਰ ਦੇ ਚੁੱਕੇ ਹਾਂ ਚਰਚ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪੈਰੋਕਾਰ ਜਿਹੜਾ ਇਕੱਠ ਕਰਕੇ ਮਤਲਬ ਕੋਵਿਡ-19 ਦੀ ਜਿਹੜੀ ਅੱਜ ਦੀ ਇੰਨੀ ਭਿਆਨਕ ਬਿਮਾਰੀ ਦੇ ਵਿੱਚ ਇਕੱਠ ਕਰ ਰਹੇ ਆ, ਪਲੀਜ਼ ਇਹਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਆ ਕੀ ਕਹਿਣਾ? ਇਹਦੇ ਵਿੱਚ ਇਹਨਾਂ ਨੇ ਮੈਨੂੰ ਮਿਲੇ ਸੀ, ਇਹਨਾਂ ਦਾ ਜਿਹੜਾ ਮੈਮੋਰੈਂਡਮ ਵੀ ਅਸੀਂ ਉਹ ਜੀਓ ਰੈਂਕ ਦੇ ਅਫਸਰ ਨੂੰ ਮਾਰਕ ਕਰਤਾ ਸੀ, ਉਹਨਾਂ ਨੂੰ ਬੁਲਾ ਕੇ ਜਿਹੜਾ ਸਾਰਾ ਉਹਨਾਂ ਦੇ ਜੋ ਵੀ ਜਿਹੜੇ ਅਹੁਦੇਦਾਰ ਨੇ ਉਹਨੂੰ ਬੁਲਾ ਕੇ ਜਿਹੜਾ ਸਾਰਾ ਦੱਸਿਆ ਜਾਵੇ। ਇਹਨਾਂ ਕੱਲ੍ਹ ਹੀ ਜਿਹੜੀ ਡੀਸੀ ਲਾਂਡਰ ਸਾਹਿਬ ਨਾਲ ਮੀਟਿੰਗ ਹੋਈ ਸੀ, ਉਹਦਾ ਜਿਹੜਾ ਆਊਟਕਮ ਆ ਉਹ ਆਪਾਂ ਦੱਸਦੇ ਹਾਂ ਤੁਸੀਂ ਉਹਨੂੰ। ਆਪਾਂ ਤੁਸੀਂ ਕਿਹਾ ਕਿ ਸ਼ਾਮ 5 ਵਜੇ ਦੁਬਾਰਾ ਮਿਲਣਾ ਵਾ, ਉਦੋਂ ਮਿਲ ਕੇ ਆਪਾਂ ਦੁਬਾਰਾ ਇਹਨੂੰ ਦੱਸਦੇ ਹਾਂ ਵੀ ਆਪਾਂ ਇਹਦਾ ਕੀ ਵਰਕਆਊਟ ਕੀਤਾ ਇਹਦਾ। ਅਤੇ ਸਰ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਫਿਰ ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਕੋਵਿਡ ਜਿੱਥੋਂ ਦੀਆਂ ਰਿਸਟ੍ਰਿਕਸ਼ਨਾਂ ਉਹ ਸਾਡੇ ਵੱਲੋਂ ਬੜੀਆਂ ਵਧੀਆ ਇੰਪਲੀਮੈਂਟ ਕੀਤੀਆਂ ਜਾ ਰਹੀਆਂ। ਡੇਲੀ ਐਵਰੇਜ ਅਸੀਂ ਜਿਹੜੇ ਕੋਈ 17-18 ਜਿਹੜੇ FIR ਦਰਜ ਕਰਦੇ ਹਾਂ, 100 ਦੇ ਲਾਗੇ ਅਸੀਂ ਜਿਹੜਾ ਅਨਮਾਸਕ ਪੀਪਲ ਦੇ ਚਲਾਨ ਕਰਦੇ ਹਾਂ। ਜਿਹੜੀ ਇਹਦੀ ਗੱਲ ਤੁਸੀਂ ਸਾਡੇ ਧਿਆਨ 'ਚ ਲਿਆਂਦੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਵਿਚਾਰ ਕਰਕੇ ਇੱਥੇ ਹੀ ਕਾਰਵਾਈ ਕਰਾਂਗੇ। ਸਰ ਪਲੀਜ਼ ਇੱਕ ਗੱਲ ਹੋਰ ਪੁੱਛਣੀ ਆ, ਰਾਤ ਦਾ ਜਿਹੜਾ ਟਾਈਮਿੰਗ ਹੈਗਾ ਉਹ 8 ਵਜੇ ਦਾ ਹੀ ਆ ਜੀ? ਯੈਸ, ਉਹ 8 ਤੋਂ 5 ਆ ਜਿਹੜਾ। ਔਰ ਉਸ ਤੋਂ ਇਲਾਵਾ ਸਰ ਕਈ ਢਾਬੇ ਜਿਹੜੇ ਆ ਉਹ ਰਾਤ ਦੇ 10 ਵਜੇ ਤੱਕ ਵੀ ਖੋਲ੍ਹ ਕੇ ਰੱਖਦੇ। ਇੱਕ ਵੀ ਢਾਬਾ ਜਿਹੜਾ ਖੁੱਲ੍ਹਾ ਹੁੰਦਾ, ਸਾਨੂੰ ਉਹਦੀ ਜਾ ਕੇ ਵੀਡੀਓ ਕਲਿੱਪ ਮੂਵੀ ਬਣਾ ਕੇ ਸਾਨੂੰ ਕਰੋ, ਅਸੀਂ ਇਮੀਡੀਏਟਲੀ 10 ਮਿੰਟ 'ਚ ਉਹਦੇ ਖਿਲਾਫ FIR ਦਰਜ ਕਰਕੇ ਤੁਹਾਨੂੰ ਅਸੀਂ ਕਾਪੀ ਭੇਜ। ਕੋਈ ਸਰ ਪੈਕਿੰਗ ਟਾਈਮ ਉਹਨਾਂ ਨੂੰ ਅਲੱਗ ਤੋਂ ਮਿਲਿਆ ਹੋਇਆ? ਕੋਈ ਨਹੀਂ, ਵੇਖੋ ਜਿਹੜੇ ਢਾਬੇ ਆ ਉਹ ਜਿਹੜੇ ਟੇਕ ਅਵੇ ਆ ਸਾਰਾ ਜਿਹੜਾ ਮਤਲਬ ਟੇਕ ਅਵੇ ਹੁੰਦਾ, ਤੁਸੀਂ ਜਾਓ ਉੱਥੇ, ਉੱਥੋਂ ਫੂਡ ਪੈਕ ਕਰਾਓ ਲੈ ਜਾਓ, ਉੱਥੇ ਬੈਠ ਕੇ ਡਾਈਨ ਇਨ ਨਹੀਂ ਹੈ, ਡਾਈਨ ਆਊਟ ਹੈ, ਬਾਅਦ ਜਾ ਕੇ ਤੁਸੀਂ ਖਾ ਸਕਦੇ ਹੋ। ਸਰ ਇੱਕ ਬੇਨਤੀ ਹੋਰ ਹੈ, ਕੱਲ ਅਸੀਂ ਨਿਕਲੇ ਸੀਗੇ ਫੀਲਡ ਤੇ ਔਰ ਕਈ ਹਸਪੀਟਲ ਦੇ ਸਾਹਮਣੇ ਜੰਮੀ ਖੁੱਲਿਆ ਹੋਇਆ ਸੀ, ਇਹਦੀ ਵੀਡੀਓ ਬਣਾਈ। ਉਹ ਬੰਦਾ ਕਹਿ ਰਿਹਾ ਕਿ ਮੈਨੂੰ 10 ਵਜੇ ਤੱਕ ਅਲਾਊਡ ਆ, ਉੱਥੇ ਕਾਫੀ ਜਨਤਾ ਜਿਹੜੀ ਇਕੱਠੀ ਹੋਈ ਸੀ। ਉਹ ਵੀਡੀਓ ਅਸੀਂ SHO ਸ਼ੇਰ ਨੂੰ ਮਿਲਣ ਤੋਂ ਬਾਅਦ ਉਹਨੂੰ ਭੇਜੀ ਸੀ। ਅਸੀਂ ਉਹਦੀ ਡਿਮਾਂਡ, ਮੈਂ ਆਪ ਜੀ ਤੋਂ ਉਹਦੀ ਡਿਮਾਂਡ ਕਰਦਾ ਕਿ ਜਿਹੜੀ ਵੀਡੀਓ ਰਾਤ SHO 6 ਨੂੰ ਭੇਜੀ ਉਹਦੀ FIR ਦੀ ਕਾਪੀ ਸਾਨੂੰ ਦਵਾਈ ਸਾਨੂੰ ਦਿਓ। ਚੈੱਕ ਕਰਦਾ ਸਰ। ਆਰ ਦੂਸਰੀ ਗੱਲ, ਇਹ ਜਿਹੜੀ ਇੰਨੇ ਪੱਤਰਕਾਰ ਭਾਈਚਾਰਾ ਅਗਰ ਘੁੰਮਦਾ ਹੈਗਾ ਕੋਵਿਡ-19 ਦੇ ਵਿੱਚ, ਇਹਨਾਂ 'ਤੇ ਕਾਰਵਾਈ ਨਹੀਂ ਹੋ ਸਕਦੀ? ਜੇ ਚਰਚ 'ਤੇ ਨਹੀਂ ਹੋ ਸਕਦੀ, ਉੱਥੇ ਇੰਨੀ ਪਬਲਿਕ, ਇਹਨਾਂ 'ਤੇ ਹੋ ਜਾਣੀ ਚਾਹੀਦੀ ਕਾਰਵਾਈ? ਕੀ ਇਹਦੇ 'ਤੇ ਕੀ ਕਹੋਗੇ? ਆਪਾਂ ਵੇਖੋ ਤੁਸੀਂ ਇੱਕ ਜ਼ਿੰਮੇਵਾਰ ਬੰਦੇ ਆ ਜਿਹੜੇ ਸੋਸਾਇਟੀ ਨੂੰ ਰੀਪ੍ਰਜੈਂਟ ਕਰ ਰਹੇ ਆ, ਪਰ ਤੁਹਾਡੀ ਜਿਹੜੀ ਗੱਲ ਜਿਹੜੀ ਸਾਡੇ ਧਿਆਨ 'ਚ ਲੱਗੀ ਉਹਨੂੰ ਅਸੀਂ ਬਿਲਕੁਲ
ਉਹਨੂੰ ਅਸੀਂ ਐਗਜ਼ਾਮਿਨ ਕਰਾਂਗੇ ਕਰਕੇ ਉਹਨੂੰ ਅਸੀਂ ਜੋ ਬੰਦੀ ਕਾਰਵਾਈ ਕਰਾਂਗੇ। ਤੁਸੀਂ ਡੀ ਸੀ ਪੀ ਜ਼ਿੰਮੇਵਾਰ ਹੋ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਏਰੀਆ ਰੂਲਰ ਦੇ ਵਿੱਚ ਹੈ, ਮੈਨੂੰ ਉਹਦੀ ਪੱਕੀ ਜਾਣਕਾਰੀ ਆ, ਉਹਨੂੰ ਥਾਣਾ ਪਰਾ ਲੱਗਦਾ ਹੈ, ਜਿਹਦੀ ਇੱਕ ਦਰਖਾਸਤ ਇੱਕ ਪੁਲਿਸ ਕਮਿਸ਼ਨਰ ਦੇ ਦਿੱਤੀ ਗਈ ਆ, ਖਾਮਰਾ ਚਰਚ ਜਿਹੜਾ ਹੈ ਨਾ ਉਹਦੀ ਜਿਹੜੀ ਪ੍ਰੋਪਰਟੀ ਹੈ ਜਿੱਥੇ ਉਹ ਬਣਿਆ ਹੋਇਆ ਨਾ ਜੀ। ਅੱਛਾ, ਉਹ ਵੀ ਇਹਦੇ ਆਪਣੇ 'ਚ ਹੀ ਜਾਂਦਾ, ਐਸ ਐਸ ਪੀ ਸਾਹਿਬ ਨਹੀਂ ਦੇਖਦੇ ਜਿਹੜੇ ਰੂਲ? ਅੱਛਾ, ਉਹ ਤੁਹਾਡੇ ਕੋਲ ਹੀ। ਮੈਂ ਕਿਹਾ ਕਿ ਇਹ ਨਾ ਹੋਵੇ 15-20 ਦਿਨ ਮਹੀਨੇ ਬਾਅਦ ਇਨਵੈਸਟੀਗੇਸ਼ਨ ਹੋਵੇ, ਜੇ ਉਹ ਤਾਂ ਸਾਡੇ ਕੋਲ ਹੈ ਹੀ ਨਹੀਂ ਸੀ ਅਤੇ ਅਸੀਂ ਉਹਦੀ ਇਨਕੁਆਇਰੀ ਨਹੀਂ ਸੀ ਕਰਨੀ। ਸਾਡੀ ਜੁਰਿਸਡਿਕਸ਼ਨ ਹੈ। ਅੱਛਾ ਜੀ, ਅਸੀਂ ਉੱਥੇ ਜੋ ਵੀ ਕ੍ਰਾਈਮ ਹੁੰਦਾ ਅਸੀਂ ਡੀਲ ਕਰਦੇ ਹਾਂ, ਤਾਂ ਆਪਾਂ ਇਹਦੀ ਜੋ ਵੀ ਬੰਦੀ ਕਰਵਾਈ ਤੁਹਾਨੂੰ ਕਰਕੇ ਆਪਾਂ ਸ਼ਾਮ ਨੂੰ ਇੱਕ ਮੀਟਿੰਗ ਕਰਨੀ ਦੁਬਾਰਾ, ਫਿਰ ਆਪਾਂ ਬੈਠ ਕੇ ਵਿਚਾਰ। ਓਕੇ ਓਕੇ, ਚਲੋ ਮੈਂ ਮੰਗ ਕਰਦਾ ਪਿਆ ਕਿ ਜਿਹੜੀ ਕੱਲ੍ਹ 6 SHO 6 ਦੇ ਧਿਆਨ 'ਚ ਲਿਆਂਦੀ ਹੈ ਉਹਦੇ 'ਤੇ FIR ਹੋਣੀ, ਕਿਉਂਕਿ ਉਹ ਡੇਲੀ ਖੁੱਲ੍ਹਦਾ ਹੈ। ਔਰ ਆਰ ਕੇ ਢਾਬਾ ਵੀ ਜਿਹੜਾ ਥਾਣਾ ਭਾਰਗੋ ਕੈਂਪ 'ਚ, ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਆ, ਉਹ ਵੀ ਤੁਹਾਨੂੰ ਭੇਜ ਦਿੰਦੇ। ਇੱਕ ਵਾਰੀ FIR ਹੋਊਗੀ ਤਾਂ ਬੰਦ ਹੋਣੇ ਆ, ਤੁਹਾਡੇ ਆਦੇਸ਼ਾਂ ਦੀ ਪਾਲਣਾ ਅਸੀਂ ਕਰਾਉਣ 'ਚ ਤੁਹਾਡੀ ਸਹਾਇਤਾ ਕਰ ਰਹੇ ਸਰ, ਹੋਰ ਕੁਛ ਨਹੀਂ। ਧੰਨਵਾਦ।